ਸਤ ਸ਼੍ਰੀ ਅਕਾਲ ਦੋਸਤੋ ਇਹ ਤਸਵੀਰ ਮੁੱਖ ਮੰਤਰੀ ਚੰਨੀ ਸਾਹਿਬ ਦੀ ਪਿਛਲੇ ਕੱਲ ਹੋਈ ਰੈਲੀ ਬਾਂਸਾ ਵਿਖੇ ਦੀ ਹੈ ਨਾਲ ਸਿੱਧੂ ਮਸੇਵਾਲੇ ਬੈਠੇ ਹੋਏ ਨੇ ਜੀ ਦੇਖ ਸਕਦੇ ਹੋ ਦੂਜੀਆਂ ਤਸਵੀਰਾਂ ਤੁਸੀਂ ਦੇਖੀਆਂ ਪੂਰੇ YouTube ਚੈਨਲ ਤੇ ਛਾਈਆਂ ਹੋਈਆਂ ਨੇ ਔਰ ਨਿਊਜ਼ ਚੈਨਲਾਂ ਤੇ ਵੀ ਛਾਈਆਂ ਹੋਈਆਂ ਨੇ ਜਿਹਦੇ ਵਿੱਚ ਚੰਨੀ ਸਾਹਿਬ ਦਾ ਪਾਲਿਆ ਹੋਇਆ ਡੀਐਸਪੀ ਸ਼ਰੀਮ ਬੇਕਸੂਰ ਬੇਰੁਜ਼ਗਾਰ ਟੈਟ ਪਾਸਾ ਦੀ ਆਪਕਾ ਨੂੰ ਕਟਰੇ ਆ ਦੁੜਾ ਦੁੜਾ ਕੇ ਬੇਰਹਿਮੀ ਦੇ ਨਾਲ ਔਰ ਜਦ ਬਸਟ ਵਿੱਚ ਉਹਨਾਂ ਨੂੰ ਪਾਇਆ ਜਾਂਦਾ ਫਿਰ ਵੀ ਉਹਨਾਂ ਨੂੰ ਡੰਡੇ ਬਾਹਰੇ ਜਾ ਰਹੇ ਨੇ ਜੀ ਇਹ ਚੰਨੀ ਸਾਹਬ ਦੀ ਹੀ ਤੇ ਆ ਦ੍ਰਿਸ਼ਟੀ ਹੋ ਦਿੰਦੇ ਹੈ ਕਿ ਹਲੇ ਤੱਕ ਕੋ ਬੰਦਾ ਸਸਪੈਂਡ ਨਹੀਂ ਹੋਇਆ ਹੈ ਪਿੱਛੇ ਜਿਹੜਾ ਸਿੱਧੂ ਮਸੇਵਾਲੇ ਦਾ song ਗਿਆ ਸੀ ਤੱਕਾ ਕਰਦਾ ਤਾਂ ਤੱਕਾ ਹੀ ਤਾਂ ਚੱਲ ਰਿਹਾ ਹੈ ਚੰਨੀ ਸਾਹਬ ਇਹੋ ਜੇ ਗਾਣੇ ਨੂੰ ਸਪੋਰਟ ਕਰ ਰਹੇ ਹੈ ਯੂਮੇ ਹੰਕਾਰ ਨਾਲ ਭਰੇ ਹੋਏ ਗਾਣੇ ਨੂੰ ਸਪੋਰਟ ਕਰ ਰਹੇ ਇਹ ਕਿਹੋ ਜਿਹਾ ਬਈ ਰੋਲ ਮਾਡਲ ਬਣੇਗਾ ਕਿਹੜਾ ਕੀ ਬਣੇਗਾ ਇਹ ਆਈਕਨ ਨਹੀਂ ਹੈ ਇਹ ਰਾਜਨੀਤੀ ਚ ਬੰਦਾ ਇਸ ਕਰਕੇ ਆਇਆ ਹੈ ਕਿਉਂਕਿ ਇਹਨੇ ਆਪਣੇ ਉੱਤੇ ਜੋ ਚੱਲ ਰਹੇ ਕੇਸ ਨੇ ਉਹਨਾਂ ਨੂੰ ਰੱਦ ਕਰਵਾਉਣਾ ਹੈ ਕਿਹੜਾ ਕੇਸ ਚੱਲ ਰਿਹਾ ਤੁਹਾਨੂੰ ਪਤਾ ਹੈ ਕੇ 47 ਪੁਲਿਸ ਦੇ ਮੁਲਾਜ਼ਮਾ ਨਾਲ ਚਲਾ ਰਿਹਾ ਸੀ ਉਹ ਸਖਾਰੇ ਸੀ ਇਹਨੂੰ ਤੇ ਉਹ ਕੇਸ ਚੱਲਦਾ ਪਿਆ ਹਲੇ ਵੀ ਜਦੋਂ ਵੀ ਬਾਹਰ ਜਾਂਦਾ ਹੈ ਕੈਨੇਡਾ ਜਾਂ ਹੋਰ ਕਿਤੇ ਤਾਂ ਕੋਰਟ ਦੀ ਇਜਾਜ਼ਤ ਲੈ ਕੇ ਜਾਣਾ ਪੈਂਦਾ ਇਹਨੂੰ ਤੇ ਉਹ ਕੋਰਟ ਕੇਸ ਹਟਾਵੇਗਾ ਪਹਿਲਾਂ ਤਾਂ ਆ ਕੇ ਆਪਣੇ ਉੱਤੇ ਤੱਕਾ ਦਾ ਚੱਲ ਹੀ ਰਿਹਾ ਹੈ ਹਾਂਜੀ ਤਸਵੀਰਾਂ ਖਿਚਾ ਰਹੇ ਨੇ ਜੀ ਬੈਠ ਕੇ ਹੋਰ ਇਹਨਾਂ ਨੂੰ ਕੋਈ ਚੰਗੇ ਬੰਦੇ ਨਹੀਂ ਮਿਲਦੇ ਹੈਗੇ ਕੀ ਹੈ ਕੋ ਤੇ ਦੇਖ ਲੋ ਜੀ ਬਾਕੀ ਖਬਰ ਤੁਸੀਂ ਪੜ੍ਹੀ ਹੋਣੀ ਹੈ ਤੇ ਬਸ ਇਹ ਜੋ ਰਵਈਆ ਹੈ ਸਰਕਾਰ ਦਾ ਉਹ ਨਜ਼ਰ ਆ ਰਿਹਾ ਹੈ ਅਪਰਾਧੀਆਂ ਦੇ ਨਾਲ ਖੜੀ ਹੈ ਸਰਕਾਰ ਔਰ ਜੋ ਜਿਨ੍ਹਾਂ ਦੇ ਦਿਲ ਜਿਤਨੇ ਚਾਹਦੇ ਸੀ ਉਹਨਾਂ ਨੂੰ ਮਾਰਿਆ ਜਾ ਰਿਹਾ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਬੇਰਹਿਮੀ ਦੇ ਨਾਲ